ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਆ ਕੁਛ ਹੋਣ ਲੱਗ ਗਿਆ ਕਿ ਆਪਾਂ ਖੁਦ ਪੰਜਾਬੀ ਹੋ ਗਏ, ਹੁਣ ਆਪਾਂ ਨੂੰ ਐ ਹੋਣ ਲੱਗ ਗਿਆ ਕਿ ਕੈਲਗਰੀ ਵਾਲੇ ਦਸ਼ਮੇਸ਼ ਸੈਂਟਰਲ ਗੁਰਦੁਆਰਾ ਸਾਹਿਬ ਵਿੱਚ ਗਈ ਸੀ, ਉੱਥੇ ਉਹ ਲੰਗਰ ਛਕ ਰਹੀ ਸੀ ਜਦੋਂ ਉਸਨੇ ਸੇਵਾਦਾਰ ਤੋਂ ਇੱਕ ਪ੍ਰਸ਼ਾਦਾ ਲਿਆ ਤੇ ਇੱਕ ਪ੍ਰਸ਼ਾਦਾ ਛਕ ਕੇ ਸੇਵਾਦਾਰ ਨੂੰ ਕਿਹਾ ਕਿ ਮੈਂ ਇੱਕ ਹੋਰ ਪ੍ਰਸ਼ਾਦਾ ਆਪਣੇ ਨਾਲ ਲੈ ਕੇ ਜਾ ਸਕਦੀ ਹਾਂ। ਤਾਂ ਸੇਵਾਦਾਰ ਨੇ ਕਿਹਾ ਹਾਂਜੀ ਤੁਸੀਂ ਲੈ ਕੇ ਜਾ ਸਕਦੇ ਹੋ। ਤੇ ਦੋਸਤੋ ਜਦੋਂ ਕੁੜੀ ਪ੍ਰਸ਼ਾਦਾ ਲੈ ਕੇ ਉੱਥੋਂ ਜਾਣ ਲੱਗਦੀ ਆ ਤਾਂ ਪਿੱਛੋਂ ਦੋ ਬਜ਼ੁਰਗ ਬਾਬੇ ਕੁੜੀ ਨੂੰ ਰੋਕਦੇ ਨੇ ਤੇ ਕਹਿੰਦੇ ਨੇ ਕਿ ਕੁੜੀਏ ਤੂੰ ਇੱਥੋਂ ਬਹੁਤ ਰੋਟੀਆਂ ਲਈਆਂ ਨੇ, ਤਾਂ ਤੁਸੀਂ ਸੋਚ ਸਕਦੇ ਹੋ ਜਦੋਂ ਸੰਗਤ ਦੇ ਵਿੱਚ ਪ੍ਰਸ਼ਾਦਾ ਤੁਹਾਡੇ ਹੱਥ ਵਿੱਚ ਫੜਿਆ ਹੋਵੇ ਤੇ ਤੁਹਾਨੂੰ ਕੋਈ ਕਹਿ ਦੇਵੇ ਕਿ ਤੂੰ ਬਹੁਤ ਰੋਟੀਆਂ ਇਕੱਠੀਆਂ ਕਰ ਲਈਆਂ ਨੇ ਤਾਂ ਤੁਹਾਨੂੰ ਕੀ ਮਹਿਸੂਸ ਹੋਵੇਗਾ। ਉਸੇ ਤਰ੍ਹਾਂ ਕੁੜੀ ਨੂੰ ਕੀ ਮਹਿਸੂਸ ਹੁੰਦਾ ਉਹ ਵੀ ਤੁਸੀਂ ਇੱਕ ਵਾਰ ਅੱਗੇ ਜ਼ਰੂਰ ਦੇਖੋ। ਪਰ ਪਿੱਛੇ ਆਉਂਦੇ ਨੇ ਅੰਕਲ ਸੀਗੇ ਦੋ, ਪਿੱਛੇ ਆਉਂਦੇ ਨੇ ਤੇ ਮੈਨੂੰ ਕਹਿੰਦੇ ਤੂੰ ਕੁੜੀਏ ਬਹੁਤ ਰੋਟੀਆਂ ਲੈ ਲਈਆਂ। ਮੈਂ ਕਿਹਾ ਅੰਕਲ ਜੀ ਮੈਂ ਪਹਿਲੀ ਗੱਲ ਤੇ ਆਪ ਨਹੀਂ ਚੱਕਿਆ ਕੁਛ, ਮੈਨੂੰ ਖੁਦ ਉਹਨਾਂ ਨੇ ਫੜਾਇਆ, ਮੈਂ ਪੁੱਛਿਆ ਉਹਨਾਂ ਨੇ ਫੜਾ ਤੀ ਮੈਨੂੰ ਰੋਟੀ ਹਨਾ ਪ੍ਰਸ਼ਾਦਾ। ਤੇ ਫਿਰ ਕਹਿੰਦੇ ਨਹੀਂ ਤੂੰ ਝੂਠ ਬੋਲਦੀ ਪਈ ਆ। ਮੈਂ ਕਿਹਾ ਉਹ ਪਈ ਮੇਰੀ ਥਾਲੀ ਅੰਕਲ ਜੀ ਚੈੱਕ ਕਰ ਲਓ ਤੇ ਆ ਰਿਹਾ ਮੇਰਾ ਬੈਗ ਚੈੱਕ ਕਰ ਲਓ। ਲਿਟਰਲੀ ਏਦਾਂ ਦਾ ਟਾਈਮ ਆ ਗਿਆ। ਦੋਸਤੋ ਵੀਡੀਓ ਦੇ ਅੰਤ ਤੱਕ ਕੁੜੀ ਰੋਣ ਲੱਗ ਪੈਂਦੀ ਆ, ਔਰ ਜੇ ਕੋਈ ਅਜਿਹੀ ਗੱਲ ਹੋਈ ਹੈ ਤਾਂ ਹੀ ਕੁੜੀ ਰੋਈ ਹੈ। ਵੈਸੇ ਵੀ ਦੋਸਤੋ ਇਹ ਗੱਲ ਦੀ ਵੀਡੀਓ ਬੰਦਾ ਥੋੜੀ ਕਿਤੇ ਨਹੀਂ ਪਾਉਂਦਾ, ਲੰਗਰ ਨੂੰ ਲੈ ਕੇ ਜਾਣ ਨੂੰ ਦੋਸਤੋ ਇਹ ਗੱਲ ਬਹੁਤ ਹੋਈ ਹੈ। ਜਿਸ ਤੋਂ ਬਾਅਦ ਕੁੜੀ ਨੇ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਪਾ ਕੇ ਦੱਸਿਆ ਕਿ ਉਹਦੇ ਨਾਲ ਇਹ ਭਾਣਾ ਵਾਪਰਿਆ ਹੈ। ਅਤੇ ਬਾਕੀ ਦੋਸਤੋ ਤੁਸੀਂ ਸਿਆਣੇ ਹੋ, ਤੁਹਾਨੂੰ ਕੀ ਲੱਗਦਾ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ।